ਜਲੰਧਰ ਦੇ ਟਾਂਡਾ ਫਾਟਕ ਇਲਾਕੇ ਵਿੱਚ ਕਾਰਪੋਰੇਸ਼ਨ ਦੇ ਟਿੱਪਰਾਂ ਤੇ ਡਰਾਈਵਰਾਂ ਦੀ ਕੁੱਟਮਾਰ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ। ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਇੱਕ ਦੁਕਾਨਦਾਰ ਨੇ ਆਪਣਾ ਮੋਟਰਸਾਈਕਲ ਟਿੱਪਰ ਚਾਲਕ ਅੱਗੇ ਖੜਾ ਕਰਕੇ ਉਸ ਨਾਲ ਗਾਲੀ ਗਲੋਚ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਹੋਰ ਇਸ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਸੀ, ਆਓ ਸੁਣਦੇ ਹਾਂ। ਜਲੰਧਰ ਤੋਂ ਸਹਿਜ ਜੁਨੇਜਾ ਦੀ ਰਿਪੋਰਟ, ਜਨਹਿਤੈਸ਼ੀ। जनहितैषी टीआरपी नहीं खरीदते, भरोसा जीते हैं हम। ਸ਼ਰੇਆਮ ਪੁੱਤ ਬਦਮਾਸ਼ੀ ਹੋਈ ਦੇਖੋ ਸਾਡਾ ਮੁਲਾਜ਼ਮ ਜਿਹੜਾ ਗੱਡੀ ਲੈ ਕੇ ਆ ਰਿਹਾ ਸੀ ਉਹਨੂੰ ਬਿਲਕੁਲ ਗੁੰਡਾਗਰਦੀ ਵਾਲੇ ਤਰੀਕੇ ਦੇ ਨਾਲ ਉਹਦੇ ਅੱਗੇ ਮੋਟਰਸਾਈਕਲ ਲਗਾ ਕੇ ਉਹਨੂੰ ਗਾਲਾਂ ਕੱਢੀਆਂ ਗਈਆਂ ਔਰ ਬਾਅਦ ਦੇ ਵਿੱਚ ਉਹਦੇ ਨਾਲ ਜਿਹੜੀ ਹੱਥੋਪਾਈ ਵੀ ਹੋਈ ਹੈ ਜਿਹਦੀ ਕਿ ਅਸੀਂ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਕਿਉਂਕਿ ਇਹ ਜਿਹੜੇ ਮੁਲਾਜ਼ਮ ਹੈ ਇਹ ਸ਼ਹਿਰ ਦਾ ਕੰਮ ਕਰਦੇ ਆ, ਸ਼ਹਿਰ ਦੇ ਲਈ ਕੰਮ ਕਰਦੇ ਆ ਅਤੇ ਇਹ ਜਿਹੜਾ ਰਵੱਈਆ ਹੈਗਾ ਇਹਨਾਂ ਲੋਕਾਂ ਦਾ ਇਹ ਬਿਲਕੁਲ ਗਲਤ ਹੈ ਤੇ ਅਸੀਂ ਇਹਦੇ ਲਈ ਜਿਹੜੀ ਆ ਕਾਨੂੰਨੀ ਤੌਰ ਤੇ ਜੋ ਵੀ ਕਾਰਵਾਈ ਬਣਦੀ ਆ ਉਹ ਅਸੀਂ ਜ਼ਰੂਰ ਕਰਾਵਾਂਗੇ। ਹੁਣ ਤੁਸੀਂ ਦੇਖਦੇ ਹੋ ਇੱਥੇ ਆਲਮੋਸਟ ਟ੍ਰੈਫਿਕ ਜਿਹੜਾ ਜਾਮ ਹੀ ਰਹਿੰਦਾ ਹੈ ਇਸ ਹਲਕੇ 'ਚ, ਤੁਸੀਂ ਦੇਖ ਲਓ ਜਦੋਂ ਵੀ ਅਸੀਂ ਨਿਕਲਦੇ ਹਾਂ ਆਮ ਸਕੂਟਰੀ 'ਤੇ ਵੀ ਉਹ ਗੱਡੀ ਕਿਤੇ ਟ੍ਰੈਫਿਕ ਥੋੜ੍ਹਾ ਬਹੁਤਾ ਰੁਕਿਆ ਹੋਇਆ, ਹੁਣ ਉਹਨੇ ਉਹਦੇ ਅੱਗੇ ਮੋਟਰਸਾਈਕਲ ਲਾ ਦਿੱਤਾ ਕਿਉਂਕਿ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਆ ਉਦੋਂ ਟ੍ਰੈਫਿਕ ਦੀ ਵੱਧ ਪ੍ਰੋਬਲਮ ਹੋ ਜਾਂਦੀ ਆ। ਨਾਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਖੜੇ ਆ, ਸਾਡੇ ਤੋਂ ਜ਼ਿਆਦਾ ਇਹ ਦੱਸ ਦੇਣਗੇ, ਪਰ ਗੁੰਡਾਗਰਦੀ ਜਿਹੜੀ ਆ ਇਹ ਕਤਈ ਬਰਦਾਸ਼ਤ ਨਹੀਂ ਹੋਏਗੀ। ਜਿਹੜਾ ਮੁਲਾਜ਼ਮ ਦੇ ਹੱਥੀ ਪਏ ਆ ਇਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਏਗਾ। ਪਰ ਜੇ ਇਸ ਕੇਸ ਦੇ ਵਿੱਚ ਕੋਈ ਐਮਐਲਏ ਐਮਪੀ ਕੋਈ ਸਰਕਾਰ ਵਿੱਚ ਆਉਂਦੀ ਆ ਤਾਂ ਉਹਨਾਂ ਨੂੰ ਫਿਰ ਬਹੁਤ ਚੰਗੀ ਤਰ੍ਹਾਂ ਪਤਾ ਵੀ ਉਹਨਾਂ ਦੀ ਝਾਕੀ ਕਿੱਦਾਂ ਕੱਢੀ ਦੀ ਉਹ ਸਾਨੂੰ ਆਉਂਦੀ ਆ। ਮੈਟਰ ਟ੍ਰੈਫਿਕ ਜਾਮ ਸੀਗਾ ਜੀ ਅਤੇ ਉਹਨੇ ਕਿਤੇ ਮੋਟਰਸਾਈਕਲ ਲਿਆ ਕੇ ਉਹਦੇ ਮੂਹਰੇ ਖੜਾ ਕਰਤਾ ਸਕੂਟਰ ਵਾਲੇ, ਸਾਡੇ ਬਿਹਾਰ ਦਾ ਬੰਦਾ ਰਵੀ ਸਿੰਘ ਜੀ ਮਾਰਟਰ, ਉਹਦਾ ਕਸੂਰ ਹੈਗਾ ਉਹਨੇ ਮਾਰਿਆ ਵਾ। ਕਹਿੰਦੇ ਵੀ ਜੋ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ ਬਿਹਾਰ ਉਹਦੇ ਤੁਹਾਡੇ ਨਾਲ ਆ, ਅਸੀਂ ਸਿਰਫ ਇਹ ਨਹੀਂ ਰਿਕੁਐਸਟ ਕਰਦੇ ਹਾਂ ਇਹਨਾਂ ਸਾਰਿਆਂ ਨੇ ਅਤੇ ਬਿਹਾਰ ਨੂੰ ਡਿਸਟਰਬ ਨਾ ਕਰੋ ਜਿਹੜਾ ਟ੍ਰੈਫਿਕ ਜੇ ਤੁਸੀਂ ਕਹਿੰਦੇ ਤੁਹਾਡੇ ਮਾਰਕੀਟ ਕਸੂਰ ਰੋਕਿਆ ਕਿਉਂ ਨਹੀਂ ਜਦੋਂ ਨਾ ਰੋਕਣਾ ਕਿੱਥੋਂ ਕੋਈ ਮੌਕੇ ਤੋਂ ਰੁਕਦਾ ਅਸੀਂ ਤਾਂ ਤਾਂ ਹੀ ਲੇਟ ਆ ਹੋਰ ਕਿਤਾ ਕੀ ਦੁਕਾਨ ਦੇ ਮਾਲਕ ਦਾ ਕੀ ਨਾਮ ਹੈ ਜਿਹਨਾਂ ਰਵੀ ਕਿੱਥੇ ਦੁਕਾਨ ਆ ਟਾਂਡਾ ਮੈਟਰ ਇਹ ਪਤਾ ਲੱਗਾ ਕੋਈ ਕਾਰਪੋਰੇਸ਼ਨ ਦਾ ਟਰੱਕ ਸੀਗਾ ਕੋਈ ਟਿੱਪਰ ਸੀਗਾ ਅਤੇ ਇੱਥੇ ਕੋਈ ਰਵੀ ਕਰਕੇ ਆ ਉਹ ਮੋਟਰਸਾਈਕਲ 'ਤੇ ਆ ਰਿਹਾ ਸੀਗਾ ਜਿਹਨਾਂ ਦੀ ਆਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਆ ਜਿਹਦੇ ਵਿੱਚ ਝਗੜਾ ਹੋ ਗਿਆ। ਅਸੀਂ ਮੌਕੇ 'ਤੇ ਆ ਕੇ ਜਿਹਦੇ ਨੇ ਝਗੜਾ ਕੀਤਾ ਉਹਨੂੰ ਵੀ ਅਰੈਸਟ ਕਰ ਲਿਆ, ਪਲੱਸ ਉਹਦਾ ਜਿਹੜਾ ਬਾਈਕ ਸੀਗਾ ਉਹ ਵੀ ਕਬਜ਼ੇ ਵਿੱਚ ਲੈ ਲਿਆ, ਜਿਹੜਾ ਇੰਜਰਡ ਸੀ ਉਹਨੂੰ ਸਿਵਲ ਹਸਪਤਾਲ ਭੇਜ ਦਿੱਤਾ। ਹਾਂ ਗੱਡੀ ਚੱਲ ਇੱਥੇ ਬਾਜ਼ਾਰ ਗਲੀ ਦੀ ਆ ਰਵੀ ਕਰਕੇ ਆ ਨਾ ਨਹੀਂ ਕਰ ਲਿਆ ਹੁਣ ਜੋ ਵੀ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ ਬੰਦੀ ਕਰਾਂਗੇ ਉਹ ਸਾਡੀ ਗੱਲ ਹੋ ਗਈ ਆ ਖੁੱਲ੍ਹ ਲੱਗਿਆ। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें, ऐसी और अपडेट्स देखने के लिए बेल आइकॉन जरूर दबाएं।